ਟੀ20 ਕ੍ਰਿਕਟ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ। ਰੋਹਿਤ ਸ਼ਰਮਾ ਨੂੰ ਮਿਲੀ ਟੀਮ ਦੀ ਕਮਾਨ। ਰਿਸ਼ਭ ਪੰਤ ਦੀ ਟੀਮ ਦੇ ਵਿੱਚ ਵਾਪਸੀ। ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਪਾਇਆ ਸ਼ੁਭਮਨ ਗਿੱਲ ਦਾ ਨਾਮ। ਤਿਹਾੜ ਜੇਲ੍ਹ ਦੇ ਵਿੱਚ ਬੰਦ ਕੇਜਰੀਵਾਲ ਨੂੰ ਮਿਲੇ ਸੀਐਮ ਭਗਵੰਤ ਮਾਨ। ਬੋਲੇ, ਪੰਜਾਬ ਦੇ ਸਰਕਾਰੀ ਸਕੂਲਾਂ ਤੇ ਫਸਲਾਂ ਦੀ ਖਰੀਦ ਬਾਰੇ ਦਿੱਤੀ ਰਿਪੋਰਟ। ਸੀਐਮ ਨੇ ਦੱਸਿਆ ਫਿਲਹਾਲ ਕੇਜਰੀਵਾਲ ਦੀ ਸਿਹਤ ਪੂਰੀ ਤਰ੍ਹਾਂ ਠੀਕ। ਜੇਲ੍ਹ ਦੇ ਵਿੱਚ ਮਿਲ ਰਹੀ ਹੈ ਇੰਸੂਲਿਨ। ਆਪਦੀ ਕੈਂਪੇਨ ਦੇ ਵਿੱਚ ਨਜ਼ਰ ਆਉਣਗੇ ਰਾਘਵ ਚੱਡਾ। ਸੀਐਮ ਮਾਨ ਬੋਲੇ, ਜਲਦ ਪ੍ਰਚਾਰ ਦੇ ਵਿੱਚ ਜੁਟਣਗੇ ਰਾਘਵ। ਜਿੱਥੇ ਜਿੱਥੇ ਡਿਊਟੀ ਲੱਗੇਗੀ ਉਹ ਨਿਭਾਵੇਗਾ। ਪੰਜਾਬ ਪੁਲਿਸ ਦੇ ਸਾਬਕਾ IDGP ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਵਿੱਚ ਸ਼ਾਮਿਲ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵਿੰਦਰ ਯਾਦਵ ਨੇ ਕਰਵਾਈ ਜੁਆਇਨਿੰਗ। ਕੁਝ ਦਿਨ ਪਹਿਲਾਂ ਹੀ ਲਈ ਸੀ VRS। ਅਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਿਤ ਬਿਆਨ ਦੇ ਲਈ ਮੰਗੀ ਮਾਫ਼ੀ। ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਕਿਹਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੰਗਦੀ ਹਾਂ ਮਾਫ਼ੀ। ਤਾਂ ਰਾਜਾ ਵੜਿੰਗ ਬੋਲੇ, ਕਈ ਵਾਰ ਕਹਿਣਾ ਹੁੰਦਾ ਹੈ ਕੁਝ ਹੋਰ ਪਰ ਬੋਲਿਆ ਜਾਂਦਾ ਕੁਝ ਹੋਰ। ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਕੋਲ ਕੀਤੀ ਅਮ੍ਰਿਤਾ ਵੜਿੰਗ ਦੀ ਸ਼ਿਕਾਇਤ। ਵਿਵਾਦਿਤ ਬਿਆਨ ਨੂੰ ਲੈ ਕੇ ਕਾਰਵਾਈ ਦੀ ਕੀਤੀ ਮੰਗ। ਕਿਹਾ ਟਿਕਟ ਕੱਟੇ ਜਾਣ 'ਤੇ ਹਤਾਸ਼ਾ ਦੇ ਵਿੱਚ ਬਿਆਨ ਦੇ ਰਹੇ ਨੇ ਅਮ੍ਰਿਤਾ ਵੜਿੰਗ। ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ। ਬੋਲੇ, ਬਲਕੌਰ ਸਿੰਘ ਬਤੌਰ ਆਜ਼ਾਦ ਨਹੀਂ ਲੜਨਗੇ ਚੋਣ। ਕਿਹਾ ਸਿੱਧੂ ਦੇ ਲਈ ਇਨਸਾਫ਼ ਦੀ ਲੜਾਂਗਾ ਲੜਾਈ। ਫਰਜ਼ੀ ਵੀਡੀਓ ਨੂੰ ਲੈ ਕੇ ਅਮਿਤ ਸ਼ਾਹ ਦਾ ਕਾਂਗਰਸ 'ਤੇ ਨਿਸ਼ਾਨਾ। ਬੋਲੇ, ਕਾਂਗਰਸ ਨੇ ਹੀ ਬਣਾਇਆ ਅਤੇ ਵਾਇਰਲ ਕੀਤਾ ਮੇਰਾ ਫੇਕ ਵੀਡੀਓ। ਰਾਖਵਾਂਕਰਨ ਖਤਮ ਕਰਨ ਦੇ ਇਲਜ਼ਾਮ ਪੂਰੀ ਤਰ੍ਹਾਂ ਦੇ ਨਾਲ ਬੇਬੁਨਿਆਦ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ। ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੇ। ਵੱਡੀ ਖਬਰ ਜੁੜੀ ਹੋਈ ਹੈ T20 ਵਰਲਡ ਕੱਪ ਦੇ ਨਾਲ। T20 ਵਰਲਡ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਵਰਲਡ ਕੱਪ ਦੇ ਵਿੱਚ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ। ਹਾਰਦਿਕ ਪਾਂਡਿਆ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਸ਼ਭ ਪੰਤ ਦੀ ਟੀਮ ਦੇ ਵਿੱਚ ਵਾਪਸੀ ਹੋਈ ਹੈ। ਕੋਹਲੀ, ਜੈਸਵਾਲ, ਸ਼ਿਵਮ ਦੁਬੇ, ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਸ਼ੁਭਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ। ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਭਮਨ ਗਿੱਲ ਨੂੰ ਹਾਲਾਂਕਿ ਸ਼ਾਮਲ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ T20 ਵਰਲਡ ਕੱਪ ਜਿਹੜਾ ਕਿ ਵੈਸਟ ਇੰਡੀਜ਼ ਅਤੇ ਅਮੈਰੀਕਾ ਦੇ ਵਿੱਚ ਖੇਡਿਆ ਜਾਣਾ ਅਤੇ ਇਸ ਨੂੰ ਲੈ ਕੇ ਭਾਰਤੀ ਟੀਮ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ। ਵਰਲਡ ਕੱਪ ਦੇ ਵਿੱਚ ਰੋਹਿਤ ਸ਼ਰਮਾ ਜਿਹੜੇ ਕਿ ਕੈਪਟਨ ਦੀ ਜ਼ਿੰਮੇਵਾਰੀ ਨਿਭਾਉਣਗੇ, ਜਿਹਨਾਂ ਨੂੰ ਕਿ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਰਦਿਕ ਪਾਂਡਿਆ ਨੂੰ ਉਪ ਕਪਤਾਨ ਬਣਾਇਆ ਗਿਆ। ਰਿਸ਼ਭ ਪੰਤ ਦੀ ਟੀਮ ਦੇ ਵਿੱਚ ਵਾਪਸੀ ਹੋਊਗੀ। ਉੱਥੇ ਵਿਰਾਟ ਕੋਹਲੀ, ਜੈਸਵਾਲ, ਸ਼ਿਵਮ ਦੁਬੇ, ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਜਦਕਿ ਸ਼ੁਭਮਨ ਗਿੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਭਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ। ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ। ਸੋ ਵੱਡੀ ਖਬਰ ਜੁੜੀ ਹੋਈ ਹੈ T20 ਵਰਲਡ ਕੱਪ ਦੇ ਨਾਲ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ। ਉਮੇਸ਼, ਕੀ ਕੁਝ ਜਾਣਕਾਰੀ? T20 ਵਰਲਡ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ, ਕਿਸ ਨੂੰ ਜਗ੍ਹਾ ਮਿਲੀ ਹੈ ਤੇ ਕਿਸ ਨੂੰ ਬਾਹਰ ਰੱਖਿਆ ਗਿਆ? ਬਿਲਕੁਲ, T20 ਵਰਲਡ ਕੱਪ ਲਈ ਦੇਖੋ ਟੀਮ ਦਾ ਐਲਾਨ ਹੋ ਗਿਆ, ਕਿਉਂਕਿ ਹੋਣਾ ਸੀਗਾ ਔਰ 1 ਮਈ ਤੱਕ ਟੀਮਾਂ ਅਨਾਊਂਸ ਕਰਨੀਆਂ ਸੀ ਤੇ ਅੱਜ 30 ਤਰੀਕ ਨੂੰ BCCI ਨੇ ਟੀਮ ਅਨਾਊਂਸ ਕਰਤੀ ਹੈ। ਜੇ ਮੈਂ ਗੱਲ ਕਰਾਂ ਪੰਜਾਬ ਦੇ ਪਲੇਅਰਾਂ ਦੀ ਤਾਂ ਅਸ਼ਵਜੀਤ ਸਿੰਘ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ 'ਚ ਸਫਲ ਰਹੇ ਨੇ, ਲੇਕਿਨ ਸ਼ੁਭਮਨ ਗਿੱਲ ਰਿਜ਼ਰਵ ਪਲੇਅਰ ਦੀ ਤੌਰ 'ਤੇ ਰੱਖੇ ਗਏ ਨੇ, ਲੇਕਿਨ 15 ਦੀ ਜਿਹੜੀ ਸਕੁਐਡ ਹੁੰਦੀ ਹੈ ਉਹਦੇ ਵਿੱਚ ਨਹੀਂ ਨੇ। 4 ਪਲੇਅਰ ਰਿਜ਼ਰਵ ਰੱਖੇ ਗਏ ਨੇ, ਉਹਦੇ ਵਿੱਚ ਸ਼ੁਭਮਨ ਗਿੱਲ ਹੈ, ਲੇਕਿਨ ਅਰਸ਼ਦੀਪ 15 ਦੇ ਸਕੁਐਡ 'ਚ ਨੇ। ਸ਼ਿਵਮ ਦੁਬੇ ਨਵੀਂ ਐਂਟਰੀ ਹੈ ਟੀਮ ਇੰਡੀਆ 'ਚ, ਔਰ ਜਿੱਦਾਂ ਪਹਿਲਾਂ ਸੀਗਾ ਕਿ ਰੋਹਿਤ ਕਪਤਾਨੀ ਕਰਨਗੇ, ਵਿਰਾਟ ਕੋਹਲੀ ਵੀ ਹੈਗੇ ਨੇ, ਹਾਰਦਿਕ ਪਾਂਡਿਆ ਨੂੰ ਵਾਈਸ ਕਪਤਾਨੀ ਦਿੱਤੀ ਗਈ ਹੈ,
ਔਰ ਸੰਜੂ ਸੈਮਸਨ ਟੀਮ ਚ ਆਏ ਨੇ, ਰਿਸ਼ਭ ਪੰਤ ਵਾਪਸੀ ਕਰ ਰਹੇ ਨੇ ਇੰਟਰਨੈਸ਼ਨਲ ਕ੍ਰਿਕਟ ਵਿੱਚ, IPL ਹਾਲੇ ਖੇਡ ਰਹੇ ਨੇ ਔਰ ਜਿੱਦਾਂ ਚੋਟ ਲੱਗੀ ਸੀ ਘਾਇਲ ਹੋ ਗਏ ਸੀ ਲੇਕਿਨ ਹੁਣ T20 ਵਰਲਡ ਕੱਪ ਲਈ ਵਾਪਸੀ ਕੀਤੀ ਹੈ। ਬੁਮਰਾਹ ਨੇ, ਮੁਹੰਮਦ ਸਿਰਾਜ ਨੇ, ਤਾਂ ਕੁੱਲ ਮਿਲਾ ਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਰਸ਼ਦੀਪ ਸਿੰਘ ਜਿਹੜੇ ਹੈਗੇ ਨੇ ਪੇਸਰ, ਉਹ 15 ਦੀ ਜਗ੍ਹਾ ਬਣਾਉਣ 'ਚ ਸਫਲ ਰਹੇ ਨੇ, ਲੇਕਿਨ ਸ਼ੁਭਮਨ ਗਿੱਲ ਬਾਹਰ ਨੇ ਰਿਜ਼ਰਵ ਪਲੇਅਰ ਦੀ ਕੈਟਾਗਰੀ 'ਚ ਨੇ, ਕਿਉਂਕਿ ਟੀਮ 'ਚ ਓਪਨ ਦੇ ਤੌਰ 'ਤੇ ਜੇ ਦੇਖਿਆ ਜਾਏ ਤਾਂ ਰੋਹਿਤ ਸ਼ਰਮਾ ਦੇ ਨਾਲ ਯਸ਼ਸਵੀ ਜੈਸਵਾਲ ਨੂੰ ਲਿੱਤਾ ਗਿਆ ਹੈ ਓਪਨ ਲਈ, ਤਾਂ ਇੱਕ ਬੈਲੈਂਸਡ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਇਹ ਵੀ ਦੱਸਣਾ ਇੱਥੇ ਜ਼ਰੂਰੀ ਹੈ ਕਿ ਇਹ ਜਿਹੜਾ ਵਰਲਡ ਕੱਪ ਹੈ ਇਹ ਅਮੈਰੀਕਾ ਅਤੇ ਵੈਸਟ ਇੰਡੀਜ਼ ਦੋਨੋਂ ਇਕੱਠੇ ਮਿਲ ਕੇ ਕਰ ਰਹੇ ਨੇ, ਅਤੇ ਜਿਹੜਾ ਸਭ ਤੋਂ ਵੱਡਾ ਮੁਕਾਬਲਾ ਇਸ ਕ੍ਰਿਕਟ ਦੀ ਦੁਨੀਆ ਵਿੱਚ ਹੈ 9 June ਨੂੰ ਇੰਡੀਆ ਪਾਕਿਸਤਾਨ ਦਾ, ਉਹ ਨਿਊਯਾਰਕ ਵਿੱਚ ਹੋਣਾ, ਜਿਸ ਵਰਲਡ ਕੱਪ ਦੀ ਮੈਂ ਗੱਲ ਕਰਾਂ, ਹਾਲਾਂਕਿ ਜੂਨ 'ਚ ਸ਼ੁਰੂ ਹੋਏਗਾ, ਲੇਕਿਨ 9 June ਨੂੰ ਜਿਹੜਾ ਸਭ ਤੋਂ ਵੱਡਾ ਮੁਕਾਬਲਾ ਜਿਹਨੂੰ ਆਪਾਂ ਫਾਈਨਲ ਤੋਂ ਪਹਿਲਾਂ ਇੱਕ ਪਹਿਲਾਂ ਫਾਈਨਲ ਕਹਿੰਦੇ ਨੇ, ਉਹ ਹੋਣਾ ਹੈ, ਉਹ ਨਿਊਯਾਰਕ 'ਚ ਹੋਣਾ ਹੈ, ਤਾਂ ਕੁੱਲ ਮਿਲਾ ਕੇ ਇੱਕ ਬੈਲੈਂਸ ਟੀਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਉਹ ਹਮੇਸ਼ਾ ਗੱਲ, ਕਿਉਂਕਿ ਪੰਜਾਬ ਦੇ ਜੇਕਰ ਲਿਹਾਜ਼ੇ ਨਾਲ ਕੀਤੀ ਜਾਵੇ ਤਾਂ ਜਿਹੜੇ ਵੀ ਕ੍ਰਿਕਟ ਪ੍ਰੇਮੀ ਨੇ ਪੰਜਾਬ ਦੇ, ਖਾਸ ਤੌਰ 'ਤੇ ਉਹਨਾਂ 'ਤੇ ਜ਼ਰੂਰ ਨਜ਼ਰ ਰਹਿੰਦੀ ਹੈ ਕਿਹੜੇ ਪੰਜਾਬ ਦੇ ਖਿਡਾਰੀ ਉਹਨਾਂ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ। ਹਾਲਾਂਕਿ ਅਰਸ਼ਦੀਪ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਹੋਏ ਨੇ, ਸ਼ੁਭਮਨ ਗਿੱਲ ਨੂੰ ਜਿਹੜੀ ਕਿ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ, ਅਤੇ ਜੇਕਰ ਇਸ ਨੂੰ ਹੋਰ ਡੂੰਘਾਈ ਦੇ ਨਾਲ ਦੇਖਿਆ ਜਾਵੇ ਤਾਂ ਕੀ ਕੁਝ ਇਸ ਦੇ ਪਿੱਛੇ ਜਾਂ ਪਿਛਲੀ ਪਰਫਾਰਮੈਂਸ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਕੀ ਕੁਝ ਕਾਰਨ ਜਿਹੜੇ ਕਹਿ ਸਕਦੇ ਨੇ, ਹੋ ਸਕਦੇ ਨੇ। ਸਵਾਲ ਤਾਂ ਸ਼ੁਭਮਨ ਗਿੱਲ ਦੀ ਗੱਲ ਕਰੀਏ, ਦੋਨੋਂ ਹੀ ਵਧੀਆ ਬੈਟਸਮੈਨ ਨੇ, ਦੋਨੋਂ ਹੀ ਟੌਪ ਕਲਾਸ ਕ੍ਰਿਕਟ ਨੇ, ਲੇਕਿਨ ਜੇ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਯਸ਼ਸਵੀ ਜੈਸਵਾਲ ਦਾ ਜਿਹੜਾ ਫਾਰਮ ਹੈ ਉਹ ਬਹੁਤ ਵਧੀਆ ਫਾਰਮ ਹੈ। ਇੱਕ ਪਲੇਅਰ ਜਿਹੜਾ ਹੁੰਦਾ ਆਪਣੇ ਪੀਕ 'ਤੇ ਹੁੰਦਾ, ਔਰ ਕਿਤੇ ਨਾ ਕਿਤੇ ਦੇਖੋ ਦੋਨੋਂ ਪਲੇਅਰ ਲੰਬੀ ਰੇਸ ਦਾ ਘੋੜਾ ਨੇ, ਔਰ ਵਰਲਡ ਕੱਪ ਇਹੋ ਜਿਹੀ ਜਗ੍ਹਾ ਹੈ ਜਿੱਥੇ ਵਿੱਚ ਓਪਨਰ ਜਿਹੜਾ ਹੈਗਾ, ਕਿਉਂਕਿ ਦੇਖੋ ਰੋਹਿਤ ਸ਼ਰਮਾ ਦਾ ਜੇ ਮੰਨਿਆ ਜਾਏ ਇਹ ਲਾਸਟ ਵਰਲਡ ਕੱਪ ਮੰਨਿਆ ਜਾ ਰਿਹਾ, ਔਰ ਉਸ ਤੋਂ ਬਾਅਦ ਜਗ੍ਹਾ ਖਾਲੀ ਹੋਣੀ ਹੈ ਓਪਨਰ ਦੀ। ਕਿਤੇ ਨਾ ਕਿਤੇ ਤਾਂ ਸ਼ੁਭਮਨ ਗਿੱਲ ਆਲਰੇਡੀ ਟੈਸਟ ਵੀ ਖੇਡਦੇ ਨੇ, ਵਨਡੇ ਟੀਮ ਦਾ ਵੀ ਹਿੱਸਾ ਨੇ, ਅਤੇ ਇਸ ਕਰਕੇ ਅਜਮਾਇਆ ਗਿਆ ਹੈ ਯਸ਼ਸਵੀ ਜੈਸਵਾਲ ਨੂੰ, ਕਿਉਂਕਿ T20 ਫਾਰਮੈਟ ਵਿੱਚ ਜੈਸਵਾਲ ਦਾ ਬੱਲਾ ਜਿਹੜਾ ਹੈ ਉਹ ਬਹੁਤ ਵਧੀਆ ਚੱਲਦਾ। ਹਾਂ, ਇੰਨਾ ਜ਼ਰੂਰ ਹੈ ਕਿ ਵਰਲਡ ਕੱਪ ਖੇਲਣਾ ਸਪਨਾ ਹੁੰਦਾ, ਲੇਕਿਨ T20 ਵਰਲਡ ਕੱਪ 'ਚ ਇਹ ਹੈ ਕਿ ਹਰ 2 ਸਾਲ ਬਾਅਦ ਜਦੋਂ ਵਰਲਡ ਕੱਪ ਹੋਏਗਾ ਤਾਂ ਸ਼ੁਭਮਨ ਗਿੱਲ ਵੀ ਹਲੇ ਵੀ ਰੇਸ 'ਚ ਹੈ। ਹਾਂ, ਰਿਜ਼ਰਵ ਪਲੇਅਰ ਕੈਟਾਗਰੀ 'ਚ ਨੇ, ਲੇਕਿਨ ਮੇਨ ਟੀਮ ਜਗ੍ਹਾ ਨਹੀਂ ਮਿਲੀ ਹੈ। ਹੁਣ ਦੇਖਣਾ ਹੋਏਗਾ BCCI ਦੇ ਹੀ, ਕਿਉਂਕਿ ਸਿਲੈਕਸ਼ਨ ਕ੍ਰਾਈਟੀਰੀਆ ਹੈ BCCI ਕਿਵੇਂ ਸਿਲੈਕਟ ਕਰਦੀ ਹੈ। ਇਹ ਜ਼ਰੂਰ ਹੈ ਕਿ ਯਸ਼ਸਵੀ ਜੈਸਵਾਲ ਵੀ ਬਹੁਤ ਵਧੀਆ ਵਿਸਫੋਟਕ ਬੱਲੇਬਾਜ਼ ਨੇ। ਠੀਕ ਹੈ ਉਮੇਸ਼, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸੋ T20 ਵਰਲਡ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ, ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਕਿਹੜੇ ਕਿਹੜੇ ਖਿਡਾਰੀਆਂ ਨੂੰ ਇਸ ਟੀਮ ਦੇ ਵਿੱਚ ਜਗ੍ਹਾ ਮਿਲੀ ਹੈ। ਗੱਲ ਕਪਤਾਨੀ ਦੀ ਕੀਤੀ ਜਾਵੇ ਤਾਂ ਵਰਲਡ ਕੱਪ ਦੇ ਵੀ ਰੋਹਿਤ ਸ਼ਰਮਾ ਨੂੰ ਜਿਹੜੀ ਕਿ ਟੀਮ ਦੀ ਕਮਾਨ ਦਿੱਤੀ ਗਈ ਹੈ, ਹਾਰਦਿਕ ਪਾਂਡਿਆ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਮਿਲੀ ਹੈ, ਰਿਸ਼ਭ ਪੰਤ ਦੀ ਟੀਮ ਦੇ ਵਿੱਚ ਜਿਹੜੀ ਕਿ ਵਾਪਸੀ ਹੋ ਗਈ ਹੈ, ਇਸ ਤੋਂ ਇਲਾਵਾ ਵਿਰਾਟ ਕੋਹਲੀ, ਜਸਵਾਲ, ਸ਼ਿਵਮ ਦੁਬੇ, ਸੰਜੂ ਸੈਮਸਨ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਹਾਲਾਂਕਿ ਸ਼ੁਭਮਨ ਗਿੱਲ ਨੂੰ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ, ਹਾਲਾਂਕਿ ਅਰਸ਼ਦੀਪ ਜਿਹੜੇ ਕਿ 15 ਖਿਡਾਰੀਆਂ ਦੇ ਟੀਮ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ। ਬੈਕਅਪ ਖਿਡਾਰੀਆਂ ਦੀ ਲਿਸਟ ਦੇ ਵਿੱਚ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ, ਕਿਉਂਕਿ ਜੇਕਰ ਪੰਜਾਬ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਜ਼ਰੂਰ ਇਸ ਗੱਲ 'ਤੇ ਨਜ਼ਰ ਰਹਿੰਦੀ ਹੈ, ਇਸ ਗੱਲ ਦਾ ਇੰਤਜ਼ਾਰ ਕੀਤਾ ਜਾਂਦਾ ਕਿ ਜਦੋਂ ਟੀਮ ਦਾ ਐਲਾਨ ਕੀਤਾ ਜਾਵੇ ਉਸ ਦੇ ਵਿੱਚ ਸ਼ੁਭਮਨ ਗਿੱਲ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ, ਜਾਂ ਅਰਸ਼ਦੀਪ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ। ਅਰਸ਼ਦੀਪ ਹਾਲਾਂਕਿ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ, ਪਰ ਸ਼ੁਭਮਨ ਗਿੱਲ ਨੂੰ ਟੀਮ ਦੇ ਵਿੱਚ ਥਾਂ ਨਹੀਂ ਮਿਲੀ, ਉਹਨਾਂ ਨੂੰ ਕਿ ਬੈਕਅਪ ਖਿਡਾਰੀਆਂ ਦੀ ਸੂਚੀ ਦੇ ਵਿੱਚ ਜਿਹੜਾ ਕਿ ਸ਼ਾਮਲ ਕੀਤਾ ਗਿਆ। ਅੱਗੇ ਵਧਾਂਗੇ ਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ, ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਕੇਜਰੀਵਾਲ ਨੂੰ ਮਿਲੇ ਨੇ ਮੁੱਖ ਮੰਤਰੀ ਮਾਨ। ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ ਗੱਲਬਾਤ ਹੋਈ ਹੈ, ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ
ਅਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਹੋਈ ਹੈ। ਮੰਡੀ ਦੇ ਵਿੱਚ ਫਸਲਾਂ ਦੀ ਖਰੀਦ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ, ਇੰਸੂਲਿਨ ਮਿਲ ਰਹੀ ਹੈ। ਕੇਜਰੀਵਾਲ ਨੇ ਸੰਦੇਸ਼ ਦਿੱਤਾ ਹੈ ਕਿ ਮੇਰੀ ਚਿੰਤਾ ਨਾ ਕਰੋ, ਵੋਟ ਜ਼ਰੂਰ ਕਰਨਾ। ਸੋ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ, ਇਸ ਮੁਲਾਕਾਤ ਤੋਂ ਬਾਅਦ ਜੋ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ, ਉਸ ਗੱਲਬਾਤ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ ਗੱਲਬਾਤ ਹੋਈ, ਮੰਡੀ ਦੇ ਵਿੱਚ ਫਸਲਾਂ ਦੀ ਖਰੀਦ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਇੰਸੂਲਿਨ ਉਹਨਾਂ ਨੂੰ ਮਿਲ ਰਹੀ ਹੈ। ਸਿਹਤ ਉਨਕੀ ਠੀਕ ਹੈ, ਉਹ ਕਹਿ ਰਹੇ ਕਿ ਮੁਝੇ ਇੰਸੂਲਿਨ ਮਿਲ ਰਹੀ ਹੈ ਔਰ ਅਬ ਮੇਰਾ ਰੂਟੀਨ ਮੇਂ ਚੈੱਕਅਪ ਵੀ ਹੋ ਰਹਾ ਹੈ। ਤੋ ਸਿਹਤ ਉਨਕੀ ਬਿਲਕੁਲ ਅਗਰ ਉਨਕੀ ਜਾਨ ਕੋ ਖਤਰਾ ਹੈ, ਜੇਲ ਤੋ ਆਪ ਹੀ ਕੇ ਅਧੀਨ ਆਤੀ ਹੈ, ਲੇਕਿਨ ਫਿਰ ਵੀ ਅਗਰ ਮੁਝ ਪਰ ਸ਼ਿਕਾਇਤ ਆਏਗੀ ਤੋ ਹਮ ਦੇਖੇਂਗੇ, ਕਿਉਂਕਿ ਪਿਛਲੀ ਵਾਰ ਆਪਨੇ ਕਹਾ ਥਾ ਕਿ ਆਤੰਕਵਾਦੀਓ ਸੇ ਵੀ ਬੁਰਾ ਸਲੂਕ ਅਰਵਿੰਦ ਕੇਜਰੀਵਾਲ ਕੇ ਸਾਥ ਕੀਆ ਜਾ ਰਹਾ ਹੈ। ਨਹੀਂ, ਮੀਟਿੰਗ ਤੋ ਕਹੇਂਗੇ ਅਮਿਤ ਸ਼ਾਹ, ਮੀਟਿੰਗ ਤੋ ਆਜ ਵੀ ਮੇਰੀ ਉਸੀ ਤਰੀਕੇ ਸੇ ਹੋਈ ਹੈ, ਸ਼ੀਸ਼ਾ ਦੋਨੋ ਤਰਫ ਜਾਲੀਆਂ ਔਰ ਇੰਟਰਕੌਮ ਫੋਨ, ਮੀਟਿੰਗ ਤੋ ਉਸੀ ਤਰੀਕੇ ਸੇ ਹੋਈ ਹੈ। ਜੇ ਇਹਨੋਨੇ ਸ਼ਾਇਦ ਯੇ ਮਨ ਮੇਂ ਧਾਰ ਰੱਖਾ ਹੈ ਕਿ ਹਮ ਸੀਧਾ ਨਹੀਂ ਮਿਲਨੇ ਦੇਂਗੇ, ਯੇ ਇਨਕੀ ਮਰਜ਼ੀ ਹੋ ਸਕਤੀ ਹੈ ਜਾਂ ਇਨਕੀ ਨਫ਼ਰਤ ਕੀ ਇੰਤਹਾ ਹੋ ਸਕਤੀ ਹੈ, ਲੇਕਿਨ ਇਤਨਾ ਮੈਂ ਬਤਾਨਾ ਚਾਹਤਾ ਹੂੰ ਕਿ ਅਰਵਿੰਦ ਕੇਜਰੀਵਾਲ ਜੀ ਕੀ ਜੋ ਸੋਚ ਹੈ, ਅਰਵਿੰਦ ਕੇਜਰੀਵਾਲ ਜੀ ਨੇ ਜੋ ਅੰਦਰ ਸੇ ਮੁਝੇ ਸੰਦੇਸ਼ ਦਿਆ, ਉਹ ਯਹੀ ਦਿਆ ਕਿ ਲੋਕੋਂ ਕੋ ਯੇ ਬਤਾ ਦੇਣਾ, ਮੇਰੀ ਫਿਕਰ ਮਤ ਕਰਨਾ, ਲੇਕਿਨ ਵੋਟ ਜ਼ਰੂਰ ਡਾਲਨਾ ਔਰ ਲੋਕਤੰਤਰ ਔਰ ਸੰਵਿਧਾਨ ਕੋ ਬਚਾਨੇ ਕੇ ਲੀਏ ਵੋਟ ਡਾਲਨਾ, ਤਾਨਾਸ਼ਾਹੀ ਜੋ ਆ ਚੁੱਕੀ ਹੈ ਦੇਸ਼ ਮੇਂ, ਉਸਕੋ ਖਤਮ ਕਰਨੇ ਕੇ ਲੀਏ ਵੋਟ ਡਾਲਨਾ। ਉਧਰ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ੀਰਾ ਦੇ ਨਾਲ ਰਾਣਾ ਗੁਰਜੀਤ ਸਮੇਤ ਤਮਾਮ ਲੀਡਰ ਮੌਜੂਦ ਰਹੇ। ਨਿਊਜ਼ 18 ਤੇ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਕਿਹਾ ਗਿਆ ਕਿ ਖਡੂਰ ਸਾਹਿਬ ਦੀ ਸੀਟ ਕਾਂਗਰਸ ਜਿੱਤੇਗੀ, ਇਹ ਵੱਡਾ ਦਾਅਵਾ ਉਹ ਕਰ ਰਹੇ ਨੇ। ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜ਼ੀਰਾ ਦੇ ਵੱਲੋਂ ਇਹ ਵੀ ਵੱਡਾ ਦਾਅਵਾ ਕੀਤਾ ਗਿਆ। ਕਾਂਗਰਸ ਦੀ ਸਰਕਾਰ ਬਣਨ ਤੇ ਕਿਸੇ ਤੇ NSA ਨਹੀਂ ਲੱਗੇਗਾ, ਅਸੀਂ ਸਾਰੇ ਇਕੱਠੇ ਹਾਂ, ਨਾਲ ਹੀ ਇਕਜੁੱਟਤਾ ਦਾ ਵੀ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ। ਦਰਅਸਲ ਕੱਲ੍ਹ ਜਿਹੜੇ ਕਿ 4 ਉਮੀਦਵਾਰਾਂ ਦੀ ਸੂਚੀ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈ ਸੀ, ਉਸ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਨੂੰ ਜਿਹੜਾ ਕਿ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਉਸ ਤੋਂ ਬਾਅਦ 'ਚ ਕੁਲਬੀਰ ਜ਼ੀਰਾ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ੀਰਾ ਦੇ ਨਾਲ ਰਾਣਾ ਗੁਰਜੀਤ ਸਮੇਤ ਤਮਾਮ ਲੀਡਰ ਮੌਜੂਦ ਰਹੇ। ਹਾਲਾਂਕਿ ਖਡੂਰ ਸਾਹਿਬ ਸੀਟ ਤੋਂ ਜਿਹੜੇ ਕਿ ਰਾਣਾ ਗੁਰਜੀਤ ਦਾ ਪਰਿਵਾਰ ਦੇ ਵੱਲੋਂ ਜਿਹੜੀ ਕਿ ਦਾਅਵੇਦਾਰੀ ਜਿਤਾਈ ਜਾ ਰਹੀ ਸੀ, ਜ਼ਰੂਰ ਇਸ ਤਰ੍ਹਾਂ ਦੀਆਂ ਚਰਚਾਵਾਂ ਸਨ ਕਿ ਰਾਣਾ ਗੁਰਜੀਤ ਦੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਉਹਨਾਂ ਦੇ ਬੇਟੇ ਨੂੰ ਉੱਥੇ ਟਿਕਟ ਦਿੱਤੀ ਜਾ ਸਕਦੀ ਹੈ, ਪਰ ਜਦੋਂ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਇਸ ਦੇ ਦੌਰਾਨ ਜਦੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਰਾਣਾ ਗੁਰਜੀਤ ਵੀ ਇਸ ਦੌਰਾਨ ਹਾਲਾਂਕਿ ਸ਼ਾਮਲ ਹੋਏ। ਖਡੂਰ ਸਾਹਿਬ ਤੋਂ ਟਿਕਟ ਮਿਲਣ ਤੋਂ ਬਾਅਦ ਕੁਲਬੀਰ ਜ਼ੀਰਾ ਅੱਜ ਅੰਮ੍ਰਿਤਸਰ ਪਹੁੰਚੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਵੱਲੋਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਜਾਣਾ, ਤਾਂ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਦਾ ਕਾਂਗਰਸ ਦੇ ਜਿੰਨੇ ਵੀ ਆਗੂ ਨੇ ਮਾਝੇ ਦੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ। ਤਾਂ ਕੁਲਬੀਰ ਜ਼ੀਰਾ ਇਸ ਵੇਲੇ ਤੁਸੀਂ ਦੇਖੋ ਕਿ ਚੰਡੀਗੜ੍ਹ ਤੋਂ ਸਿੱਧਾ ਅੰਮ੍ਰਿਤਸਰ ਪਹੁੰਚੇ ਨੇ, ਜਿੱਥੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦਾ ਸਵਾਗਤ ਵੀ ਕਰਨਗੇ, ਤਾਂ ਰਾਣਾ ਗੁਰਜੀਤ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ। ਤੁਸੀਂ ਦੇਖੋ ਇਹ ਇਕੱਠੇ ਉਹ ਅੰਮ੍ਰਿਤਸਰ ਪਹੁੰਚੇ ਨੇ, ਤਾਂ ਕੁਲਬੀਰ ਜ਼ੀਰਾ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਗੱਲਬਾਤ ਕਰਦੇ ਹਾਂ ਜ਼ੀਰਾ ਸਾਹਿਬ, ਤਾਂ ਤੁਸੀਂ ਦੇਖੋ ਸਵਾਗਤ ਕੀਤਾ ਜਾ ਰਿਹਾ। ਜ਼ੀਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਇੱਕ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਆਏ ਹਾਂ, ਔਰ ਪਹਿਲਾਂ ਨਤਮਸਤਕ ਹੋਵਾਂਗੇ, ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ। ਧੰਨਵਾਦ। ਪਰ ਇੱਕ ਬਹੁਤ ਵੱਡਾ ਤੁਹਾਨੂੰ ਮੌਕਾ ਦਿੱਤਾ, ਇਹਨੂੰ ਲੈ ਕੇ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ? ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕ ਸੀਟ ਕਰ ਰਹੇ ਸੀ,
ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੇ 9 ਦੇ 9 ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀਗਾ ਕਿ ਮੇਰਾ ਨਾਮ ਭੇਜਿਆ ਔਰ ਜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਆ ਇਹ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ। ਤੁਹਾਡੀ ਸੀਟ ਇਸ ਵੇਲੇ ਚਰਚਾ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇਲ੍ਹ ਤੋਂ ਮੈਂ ਇਲੈਕਸ਼ਨ ਲੜਾਂਗਾ। ਗੱਲ ਇਹ ਹੈ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿਹਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ ਅਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤਾਂ ਉਦੋਂ ਸਾਨੂੰ ਇਹ ਹੈ ਕਿ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਸ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਚੱਲਿਆ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹਿਦਾਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸ ਜੀ ਪੀ ਸੀ ਰਹੇ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਿਦਾਰ ਇੰਦਰਜੀਤ ਸਿੰਘ ਜੀਰਾ ਜੋ ਕਿ 2 ਵਾਰ ਐੱਮ ਐੱਲ ਏ ਰਹੇ ਮਿਨਿਸਟਰ ਹੈ ਔਰ ਪੰਥਕ ਪਰਿਵਾਰ ਆ ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐੱਨ ਐੱਸ ਏ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਹੈ ਔਰ ਉਹ ਆਪਦੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣ ਕੇ ਮੈਨੂੰ ਭੇਜਣਗੇ ਮੈਂ ਇਸ ਚੀਜ਼ ਦੀ ਗਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ ਐੱਨ ਐੱਸ ਏ ਨਹੀਂ ਲੱਗੇਗੀ। ਅਕਾਲੀ ਦਲ ਖੁਦ ਨੂੰ ਪੰਥਕ ਕਹਿੰਦਾ ਵਿਰਸਾ ਸਿੰਘ ਬਲਟੋਆ ਨੂੰ ਵਿਰਸਾ ਸਿੰਘ ਬਲਟੋਆ ਬਾਰੇ ਮੇਰੇ ਤੋਂ ਵੱਧ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨਹੀਂ। ਅੱਛਾ ਇੱਕ ਤੁਹਾਡੀ ਉਹਨਾਂ ਨੇ ਕਦ ਕਾਰਡ ਤੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ। ਗੱਲ ਇਹ ਆ ਕਿ ਕਦ ਕਾਰਡ ਤੇ ਤਾਂ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੌਲਾ ਇਹ ਹੈ ਕਿ ਕਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਾਂ ਉਦੋਂ ਹੀ ਲੱਗਦਾ। ਤੁਸੀਂ ਖੁਦ ਉਹਨਾਂ ਦੇ ਨਾਲ ਅੱਜ ਮੱਥਾ ਟੇਕਣ ਦੇ ਲਈ ਆਏ ਅਸੀਂ ਸਾਰੇ ਆਏ ਸਿੱਕੀ ਸਾਹਿਬ ਨੇ ਭਲਾਈਪੁਰ ਸਾਹਿਬ ਨੇ ਭੁੱਲਰ ਸਾਹਿਬ ਆ ਰਹੇ ਆ ਹਰਮਿੰਦਰ ਸਿੰਘ ਗਿੱਲ ਜੀ ਆ ਰਹੇ ਆ ਤੇ ਸਾਰੇ ਹੀ ਸਮਝੋ ਆ ਗਏ ਯਾਨੀ ਡਟ ਕੇ ਸਾਰੇ ਸਾਥ ਦੇਣਗੇ। ਬਿਲਕੁਲ ਦੇਣਗੇ ਜੇ ਕੈਂਡੀਡੇਟ ਹੈ ਸਾਡਾ ਆਪ ਤਾਂ ਲੈਂਦਾ ਤੇ ਫਿਰ ਸਾਥ ਨਹੀਂ ਦੇਣਗੇ ਤੇ ਫਿਰ ਬਿਲਕੁਲ ਇਹ ਗੱਲ ਉਹਨਾਂ ਨੇ ਵੀ ਕਹੀ ਹੈ ਕਿ ਤੁਹਾਡਾ ਨਾਮ ਵੀ ਲੈ ਕੇ ਉਹਨਾਂ ਨੇ ਸਹਿਮਤੀ। ਸੋ ਕਾਂਗਰਸ ਦੇ ਉਮੀਦਵਾਰ ਕੁਲਬੀਰ ਜ਼ੀਰਾ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜ਼ੀਰਾ ਦੇ ਨਾਲ ਰਾਣਾ ਗੁਰਜੀਤ ਸਮੇਤ ਤਮਾਮ ਲੀਡਰ ਮੌਜੂਦ ਰਹੇ ਨਿਊਜ਼ 18 ਦੇ ਵੱਲੋਂ ਰਾਣਾ ਗੁਰਜੀਤ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਬਾਕੀ ਸਾਰੇ ਆਗੂ ਵੀ ਉਹਨਾਂ ਦੇ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ। ਦਰਅਸਲ ਕੱਲ੍ਹ ਹੀ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਸਿੰਘ ਜ਼ੀਰਾ ਨੂੰ ਜਿਹੜਾ ਕਿ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਜਿਹੜੀ ਕਿ ਪੰਥਕ ਸੀਟ ਹੈ ਅਤੇ ਪੰਥਕ ਸੀਟ 'ਤੇ 5 ਕੋਣਾ ਮੁਕਾਬਲਾ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਹੈ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ, ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ, ਮਨਜੀਤ ਸਿੰਘ ਮੰਨਾ ਬੀਜੇਪੀ ਦੇ ਉਮੀਦਵਾਰ ਨੇ, ਅੰਮ੍ਰਿਤਪਾਲ ਸਿੰਘ ਜਿਹੜੇ ਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੇ। ਹਾਲਾਂਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਉਹਨਾਂ ਦੇ ਪਰਿਵਾਰ ਤੋਂ ਸਹਿਯੋਗ ਵੀ ਮੰਗਿਆ ਗਿਆ ਪਰ ਅੰਮ੍ਰਿਤਪਾਲ ਦੇ ਪਰਿਵਾਰ ਦੇ ਵੱਲੋਂ ਬਲਟੋਹਾ ਦੀ ਅਪੀਲ ਨੂੰ ਜਿਹੜਾ ਕਿ ਕੱਲ੍ਹ ਰੱਦ ਵੀ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਪਿਤਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ, ਬਲਕੌਰ ਸਿੰਘ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਬਲਕੌਰ ਸਿੰਘ ਬਤੌਰ ਆਜ਼ਾਦ ਚੋਣ ਨਹੀਂ ਲੜਨਗੇ ਜੋ ਪ੍ਰਤਾਪ ਸਿੰਘ ਬਾਜਵਾ ਦਾਅਵਾ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਬਲਕੌਰ ਸਿੰਘ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਚੋਣ ਨਹੀਂ ਲੜਨਗੇ, ਮੈਂ ਭਰੋਸਾ ਦਿੱਤਾ ਹੈ ਸਿੱਧੂ ਮੂਸੇਵਾਲੇ ਦੀ ਇਨਸਾਫ਼ ਦੀ ਲੜਾਈ ਲੜਾਂਗਾ, ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਨਸਾਫ਼ ਦਿਵਾਵਾਂਗੇ। ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਵੱਡਾ ਬਿਆਨ ਦਿੱਤਾ ਹੈ। ਦਰਅਸਲ ਕੱਲ੍ਹ ਜਿਹੜੀ ਕਿ ਬਲਕੌਰ ਸਿੰਘ ਦੇ ਨਾਲ ਉਹਨਾਂ ਦੀ ਰਿਹਾਇਸ਼ 'ਤੇ ਉਹਨਾਂ ਦੇ ਘਰ ਜਿਹੜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ। ਉਸ ਤੋਂ ਬਾਅਦ 'ਚ ਅੱਜ ਦਾਅਵਾ ਵੱਡਾ ਕੀਤਾ ਗਿਆ, ਵੱਡਾ ਬਿਆਨ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿ ਬਲਕੌਰ ਸਿੰਘ ਬਤੌਰ ਆਜ਼ਾਦ ਚੋਣ ਨਹੀਂ ਲੜਨ ਜਾ ਰਹੇ।
ਤ੍ਰਿਪੜੀ ਬਣ ਜਾਣੀ। ਬਿਲਕੁਲ ਬਿਲਕੁਲ 100% ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਇਲੈਕਸ਼ਨ ਲੜਨ ਦਾ ਤਾਂ ਪਹਿਲੇ ਹੀ ਸਵਾਲ ਨਹੀਂ, ਕਿਉਂਕਿ ਅਸੀਂ ਹੈ ਹੀ ਕਾਂਗਰਸ ਨਾਲ। ਉਹਨਾਂ ਦੇ ਕੁਝ ਮੁੱਦੇ ਹੈ ਸਨ ਜਿਸ 'ਤੇ ਥੋੜ੍ਹੇ ਜਿਹੇ ਅਪਸੈਟ ਸਨ ਕਿ ਸਾਡੇ ਨੌਜਵਾਨ ਬੱਚੇ ਦੀ ਜਿਹਦੀ ਸ਼ਹਾਦਤ ਹੋਈ ਹੈ ਉਹ ਕਾਂਗਰਸ ਨੇ ਅਜੇ ਉਸ ਜ਼ਿਲ੍ਹੇ ਦੇ ਵਿੱਚ ਅਤੇ ਪੰਜਾਬ ਲੈਵਲ 'ਤੇ ਉਸ ਤਰ੍ਹਾਂ ਆਵਾਜ਼ ਨਹੀਂ ਉਠਾਈ ਜਿਸ ਤਰ੍ਹਾਂ ਉਹ ਸਮਝਦੇ ਸੀ ਉਠਾਉਣਗੇ। ਮੈਂ ਉਹਨਾਂ ਯਕੀਨ ਦਵਾਇਆ ਸੀ ਕਿ ਅਜੇ ਤਾਂ ਕੈਂਡੀਡੇਟਸ ਫਾਈਨਲ ਹੀ ਹੋ ਰਹੇ, ਫਾਈਨਲ ਹੋ ਕੇ ਜੋ ਅਸੀਂ ਪ੍ਰਚਾਰ 'ਚ ਨਿਕਲਾਂਗੇ ਅਤੇ ਇੱਕ ਵੱਡਾ ਮੁੱਦਾ ਰਹੇਗਾ। ਨਾਲ ਹੀ ਸਾਹਿਬ ਜੀਤਮਿੰਦਰ ਸਿੰਘ ਸਿੱਧੂ ਸਾਹਿਬ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜੇ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ, ਤੁਸੀਂ ਸਾਥ ਦਿੱਤਾ, ਬਠਿੰਡੇ ਦੇ ਲੋਕਾਂ ਨੇ ਮੈਨੂੰ ਕਾਮਯਾਬ ਕੀਤਾ ਅਤੇ ਵੱਡੀ ਲੜਾਈ ਸਿੱਧੂ ਮੂਸੇ ਵਾਲੇ ਨੂੰ ਜਸਟਿਸ ਦਿਵਾਉਣ ਦੀ, ਮੈਂ ਪਾਰਲੀਮੈਂਟ 'ਚ ਲੜਾਂ। ਅਤੇ ਅਸੀਂ ਫੇਰ ਦਿੱਤਾ ਸੀ ਕਿ 27 ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਅਤੇ ਕਾਂਗਰਸ ਦੀ ਸਰਕਾਰ ਬਣੀ, ਅਸੀਂ ਆਉਂਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਉਸ ਸਾਜਿਸ਼ ਦੇ ਵਿੱਚ ਕੌਣ ਕੌਣ ਇਨਵੋਲਵ ਹੈ ਉਹਦਾ ਪਰਦਾਫਾਸ਼ ਕੀਤਾ। ਜੇ ਅਸੀਂ ਫੇਰ ਦਿੱਤਾ, ਵਿਸ਼ਵਾਸ ਦਵਾਇਆ, ਪਾਰਲੀਮੈਂਟ 'ਚ ਵੀ ਲੜਾਈ ਕਾਂਗਰਸ ਲੜੇਗੀ ਤੁਹਾਡੀ, ਅਤੇ ਅਸੀਂ ਸਟੇਟ ਦੇ ਵਿੱਚ ਵੀ ਇਹਨੂੰ ਨੰਬਰ 1 ਮੁੱਦਾ ਰੱਖਦੇ ਹੋਏ, ਅਤੇ ਇਹੀ ਗੱਲ ਉਹਨਾਂ ਉਹ ਵਿਸ਼ਵਾਸ ਚਾਹੁੰਦੇ ਸੀ। ਉਧਰ ਮੁਕਤਸਰ ਦੇ ਦੋਦਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਕਰਮਜੀਤ ਅਨਮੋਲ ਨੇ ਰੋਡ ਸ਼ੋਅ ਕੱਢਿਆ ਤੇ ਫਿਲਮੀ ਅਦਾਕਾਰ ਬੀਨੋ ਢਿੱਲੋਂ ਵੀ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਨੇ ਰਾਜਾ ਵੜਿੰਗ ਤੇ ਵੀ ਇਸ ਦਾ ਨਿਸ਼ਾਨਾ ਸਾਧਿਆ। ਕਰਮਜੀਤ ਅਨਮੋਲ ਦਾ ਕਹਿਣਾ ਕਿ ਮੈਨੂੰ ਬਾਹਰੀ ਦੱਸਣ ਵਾਲਾ ਵੜਿੰਗ ਖੁਦ ਲੁਧਿਆਣਾ ਤੋਂ ਲੜ ਰਿਹਾ ਹੈ, ਕਿਉਂਕਿ ਕੱਲ੍ਹ ਹੀ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਰਾਜਾ ਵੜਿੰਗ ਨੂੰ ਵੀ ਕਰਮਜੀਤ ਅਨਮੋਲ ਦੇ ਨਿਸ਼ਾਨੇ ਤੇ ਲਿਆ ਗਿਆ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਰਮਜੀਤ ਅਨਮੋਲ ਤੇ ਰੋਡ ਸ਼ੋਅ ਕੱਢਿਆ ਗਿਆ, ਉੱਥੇ ਉਹਨਾਂ ਦੇ ਸਾਥੀ ਜਿਹੜੇ ਕਿ ਕਲਾਕਾਰ ਅਦਾਕਾਰ ਨੇ ਬੀਨੂ ਢਿੱਲੋਂ ਉਹ ਨਾਲ ਨਜ਼ਰ ਆ ਰਹੇ ਨੇ, ਕਿਉਂਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦਰਸ਼ਕ ਵੇਖ ਵੀ ਚੁੱਕੇ ਹੋਣਗੇ। ਇਕੱਠੇ ਜਿਹੜੇ ਕਿ ਇੱਕ ਫਿਲਮ ਦੇ ਵਿੱਚ ਦੋਨੇ ਅਦਾਕਾਰ ਨਜ਼ਰ ਆ ਚੁੱਕੇ ਨੇ, ਜਦੋਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਕਰ ਰਹੇ ਤਾਂ ਬੀਨੂ ਢਿੱਲੋਂ ਦੇ ਵੱਲੋਂ ਉਹਨਾਂ ਦੇ ਸਾਥੀ ਦੇ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉਹ ਵੇਖੇ ਜਾ ਸਕਦੇ, ਅਤੇ ਇਸ ਦੌਰਾਨ ਕਰਮਜੀਤ ਅਨਮੋਲ ਰਾਜਾ ਵੜਿੰਗ ਤੇ ਵਰਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਮੈਨੂੰ ਬਾਹਰੀ ਦੱਸਣ ਵਾਲਾ ਵੜਿੰਗ ਖੁਦ ਲੁਧਿਆਣਾ ਤੋਂ ਲੜ ਰਿਹਾ। ਕਰਮਜੀਤ ਨੂੰ ਬਾਹਰੋਂ ਲਿਆਂਦਾ, ਠੀਕ ਹੈ, ਹੁਣ ਆਪ ਕਿੱਥੇ ਗਏ ਨੇ, ਆਪ ਹੀ ਦੇਖੋ ਆਪਣੇ ਆਪ ਹੀ ਕੀ ਲੱਗਦਾ ਹੈਗਾ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਕਿਹੋ ਜਿਹੇ ਲੱਗਦੇ ਨੇ? ਵਧੀਆ ਮਿਲਣਗੇ ਜੀ, ਬਹੁਤ ਵਧੀਆ।